Hello, Sasigalji. This is Bali Khalsi. I'm DJ and music producer from Holland. ਦੋਸਤੋ ਅੱਜ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿ ਕੁਝ ਸਾਲ ਪਹਿਲਾਂ ਅਸੀਂ ਇੱਕ ਗਾਣਾ ਬਣਾਇਆ ਸੀਗਾ ਅਤੇ ਉਹ ਪੰਜਾਬ ਦਾ ਇੱਕ ਰਾਈਟਰ ਸੀਗਾ ਜਿਹਨੇ ਗਾਣਾ ਦਿੱਤਾ ਸੀਗਾ ਅਤੇ ਮੁੰਡਾ ਨਵਾਂ ਸੀਗਾ ਪਰ ਬਹੁਤ ਵਧੀਆ ਗਾਣਾ ਉਹਨੇ ਲਿਖਿਆ ਅਤੇ ਉਹਨੂੰ ਬੜੀਆਂ ਉਮੀਦਾਂ ਸੀਗੀਆਂ ਉਹਦੇ ਕੁਛ ਡ੍ਰੀਮ ਸੀਗੇ ਇਸ ਗਾਣੇ ਤੋਂ ਅਤੇ ਕੁਛ ਦਿਨ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਇਹ ਗਾਣਾ ਚੋਰੀ ਹੋ ਕੇ ਕਿਸੇ ਨੇ ਰਿਲੀਜ਼ ਕਰਤਾ ਅਤੇ ਉਹ ਗਾਣਾ ਗਾਇਆ ਮਨਕੀਰਤ ਔਲਖ ਨੇ ਅਤੇ ਗਾਣੇ ਦਾ ਨਾਮ ਹੈਗਾ ਬ੍ਰਦਰਹੁੱਡ Very bad. Je tusi professional life, if you say this is your profession, if you make your bread and butter, je roji roti todi eh aa, at least ede naal ta honest raho tusi. Oh gaana assi kaafi artistan nu ditta vi siga. Te gaana ghumda ghumda inna tak pahunch gaya. Te unna ne trod marod ke, kyunki of course, main vi professional aa, mainu pata ki koi sidha nu chukke ni gaunda hunda, te ohdi hook line lai ke, thodi production change karke, ਅਤੇ ਉਹ ਗਾਣਾ ਬਣਾ ਕੇ ਤੁਸੀਂ ਰਿਲੀਜ਼ ਕਰਤਾ ਅਤੇ ਜਦੋਂ ਮੈਂ ਗਾਣਾ ਸੁਣਿਆ ਐਕਚੁਲੀ ਮੈਂ ਇਗਨੋਰ ਕਰਤਾ ਸੀਗਾ ਪਰ ਫਿਰ ਰਾਈਟਰ ਨੇ ਫੋਨ ਕੀਤਾ ਸਾਨੂੰ ਕਹਿੰਦਾ ਭਾਅ ਜੀ ਮੇਰੇ ਗਾਣੇ ਨਾਲ ਐਗੀ ਹੋ ਗਿਆ ਇੱਦਾਂ 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 ਅਤੇ ਮੈਨੂੰ ਲੱਗਿਆ ਕਿ ਉਹਦੇ ਨਾਲ ਜਸਟਿਸ ਨਹੀਂ ਹੋਇਆ ਧੱਕਾ ਹੋਇਆ ਉਹਦੇ ਨਾਲ ਤਾਂ ਫਿਰ ਅਸੀਂ ਕਿਹਾ ਕਿ ਨਹੀਂ ਇਹ ਗੱਲ ਗਲਤ ਹੈ ਔਰ ਦੂਜੀ ਗੱਲ ਮੈਂ ਡੱਚ ਨੈਸ਼ਨਲ ਹਾਂ ਅਤੇ ਮੇਰੀਆਂ ਜਿੰਨੀਆਂ ਵੀ ਪ੍ਰੋਡਕਸ਼ਨਸ ਨੇ ਉਹ ਯੂਰਪੀਅਨ ਕਾਪੀਰਾਈਟ ਐਕਟ ਦੇ ਅੰਡਰ ਰਜਿਸਟਰਡ ਆ ਹਾਲੈਂਡ ਦੇ ਵਿੱਚ ਵੀ ਅਤੇ ਇਸ ਤੋਂ ਇਲਾਵਾ ਮੈਂ ਰੋਮੀ ਟਾਲੀ ਐਂਟਰਟੇਨਮੈਂਟ ਦੇ ਜਿਹੜੇ ਉਹਨਾਂ ਦਾ ਰੋਮੀ ਟਾਲੀ ਭਾਅ ਜੀ ਉਹਨਾਂ ਦੇ ਨਾਲ ਇਹਨੂੰ ਇੰਡੀਆ 'ਚ ਵੀ ਰਜਿਸਟਰ ਕੀਤਾ ਸੀਗਾ ਕਿਉਂਕਿ ਇਹ ਗਾਣਾ ਅਸੀਂ ਜਿਹੜਾ ਵੋਇਸ ਆਫ ਪੰਜਾਬ ਦਾ ਰਨਰ ਅਪ ਸੀਗਾ ਉਹਦੇ ਲਈ ਵੀ ਅਸੀਂ ਇਹ ਗਾਣਾ ਅਸੀਂ ਸਿਲੈਕਟ ਕੀਤਾ ਸੀਗਾ ਤਾਂ ਉਸ ਟਾਈਮ ਅਸੀਂ ਚੰਡੀਗੜ੍ਹ ਜਾ ਕੇ ਉਹਦੇ ਵੋਕਲ ਵੀ ਰਿਕਾਰਡ ਕੀਤੇ ਸੀਗੇ ਔਰ ਸਾਰੀ ਗੱਲ ਜਿਹੜੀ ਆ ਉਹ ਸੱਚੀ ਹੈ ਮੈਂ ਤੁਹਾਨੂੰ ਦਿਖਾਉਣਾ ਕਿ ਆਹ ਦੇਖੋ ਈਵਨ ਮੇਰੇ ਕੋਲ ਜਿਹੜੇ ਉਹ ਪ੍ਰੂਫ ਪਏ ਆ ਇਹ ਦੇਖੋ ਵੀਡੀਓ ਇਹ ਮੁੰਡੇ ਨੂੰ ਤੁਸੀਂ ਜਾਣਦੇ ਵੀ ਹੋਵੋਗੇ ਵਿਨਰ ਸੀਗਾ ਸੋਰੀ ਰਨਰ ਅਪ ਸੀਗਾ ਅਤੇ ਇਹ ਗਾਣਾ ਉਹਨਾਂ ਤੱਕ ਗਿਆ ਉਹਨਾਂ ਨੇ ਇੱਦਾਂ ਕੀਤਾ ਬਹੁਤ ਬੈਡ ਬਾਕੀ ਜੋ ਵੀ ਲੀਗਲ ਇਹਦੀ ਜੋ ਵੀ ਕਾਰਵਾਈ ਉਹ ਤਾਂ ਅਸੀਂ ਕਰਨੀ ਅਜੇ ਬਟ ਫਿਰ ਕਿਉਂਕਿ ਰਾਈਟਰ ਨੇ ਕਿਹਾ ਸੀਗਾ ਕਿ ਭਾਅ ਜੀ ਤੁਸੀਂ ਗਾਣਾ ਰਿਲੀਜ਼ ਕਰੋ ਅਤੇ ਸ਼ੋਰਟ ਟਾਈਮ ਕਰਕੇ ਅਸੀਂ ਗਾਣੇ ਦਾ ਵੀਡੀਓ ਨਹੀਂ ਬਣਾ ਸਕੇ ਪਰ ਫਿਰ ਹੁਣ ਮੇਰਾ ਇੱਕ ਬਹੁਤ ਟੈਲੈਂਟਡ ਆਰਟਿਸਟ ਆ ਹਾਲੈਂਡ ਦਾ ਮਣੀ ਕੇ ਉਹਨੇ ਇਹ ਗਾਣਾ ਗਾਇਆ ਅਤੇ ਅਸੀਂ ਤੁਹਾਡੇ ਕਚਹਿਰੀ ਦੇ ਵਿੱਚ ਇਹ ਪੇਸ਼ ਕਰਨ ਜਾ ਰਹੇ ਹਾਂ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਗਾਣਾ ਡਰੋਪ ਕਰਾਂਗੇ ਔਰ ਤੁਹਾਨੂੰ ਪਤਾ ਵੀ ਲੱਗ ਜੂਗਾ ਓਰਿਜਨਲ ਕੀ ਹੁੰਦਾ ਅਤੇ ਫੇਕ ਕੀ ਹੁੰਦਾ ਔਰ ਗਾਣੇ ਦਾ ਨਾਮ ਹੈਗਾ ਓਰਿਜਨਲ ਬ੍ਰਦਰਹੁੱਡ ਔਰ ਤੁਸੀਂ ਗਾਣੇ ਨੂੰ ਸੁਣਿਓ ਪਤਾ ਲੱਗੂਗਾ ਤੁਹਾਨੂੰ ਕਿੱਦਾਂ ਦੀ ਪ੍ਰੋਡਕਸ਼ਨ ਕੀਤੀ ਆ ਔਰ ਜੇ ਤੁਹਾਨੂੰ ਅੱਛਾ ਲੱਗਿਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਇਹਦਾ ਵੀਡੀਓ ਵੀ ਅਸੀਂ ਬਹੁਤ ਜਲਦੀ ਬਣਾਵਾਂਗੇ ਬਾਕੀ ਫਿਰ ਵੀ ਕਿਸੇ ਨੂੰ ਵੀ ਵਰਲਡ ਵਾਈਡ ਜੇ ਕਿਸੇ ਨੂੰ ਕੋਈ ਓਬਜੈਕਸ਼ਨ ਹੈਗੀ ਆ ਆਈ ਗੋਟ ਆਲ ਦਾ ਪ੍ਰੂਫਸ ਆਈ ਗੋਟ ਆਲ ਦੀ ਕੰਟਰੈਕਟਸ ਐਂਡ ਐਵਰੀਥਿੰਗ ਅਤੇ ਮੈਂ ਤੁਹਾਨੂੰ ਉਹ ਪ੍ਰੋਵਾਈਡ ਕਰ ਸਕਦਾ ਜਸਟ ਇਨ ਬੋਕਸ ਮੀ ਈਵਨ ਤੁਸੀਂ ਦੇਖੋ ਕਿ ਇੱਥੇ ਇਹਦੀ ਪ੍ਰੋਜੈਕਟ ਫਾਈਲ ਹੈ ਗਾਣੇ ਦੀ ਔਰ ਇਹ ਦੇਖੋ ਡੇਟਸ ਅਸੀਂ 2013 ਤੋਂ ਸ਼ੁਰੂ ਕੀਤਾ ਸਾਰਾ ਕੁਛ ਸਾਰੀਆਂ ਜਿਹੜੀਆਂ ਉਹਦੀਆਂ ਅਪਡੇਟਸ ਹੈਗੀਆਂ ਮੇਰੇ ਕੋਲ ਅਤੇ ਸਾਰਾ ਕੁਛ ਲੀਗਲੀ ਹੈਗਾ ਸੋ ਇੱਕ ਸਿਰਫ ਰਿਕੁਐਸਟ ਆ ਕਿ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ ਇਹ ਕਰਦੇ ਹਾਂ ਉਹ ਕਰਦੇ ਹਾਂ ਜਿੱਥੋਂ ਤੁਸੀਂ ਰੋਜ਼ੀ ਰੋਟੀ ਕਮਾਉਂਦੇ ਹੋ ਐਟਲੀਸਟ ਉਹਦੇ ਨਾਲ ਪਹਿਲਾਂ ਓਨੈਸਟ ਹੋ